ਜੇ ਅਸੀਂ ਆਪਦੇ ਗੁਰੂ ਸਾਹਿਬ ਦਾ ਇਨਸਾਫ ਨਹੀਂ ਦੇ ਸਕਦੇ ਤੇ ਲੱਖ ਲਾਨਤਾਂ ਸਾਡੀ ਸਿਆਸਤ ਤੇ, ਲੱਖ ਲਾਨਤਾਂ ਸਾਡੀਆਂ ਕੁਰਸੀਆਂ ਤੇ, ਲੱਖ ਲਾਨਤਾਂ ਸਾਡੀਆਂ ਸਰਕਾਰਾਂ ਤੇ। ਕਾਂਗਰਸ ਨੂੰ ਵੀ ਝਾਕ ਸੀ ਡੇਰਾ ਸਿਰਸਾ ਦੀਆਂ ਵੋਟਾਂ ਦੀ, ਅਸੀਂ ਵੀ ਖੁਦ ਵੋਟਾਂ ਮੰਗਣ ਵਾਸਤੇ ਡੇਰੇ ਜਾਂਦੇ ਰਹੇ। ਅਹਿਸਾਸ ਕਦੋਂ ਹੋਇਆ ਕਿ ਤਾਂ ਮਾੜੀ ਗੱਲ ਹੈ ਜੀ, ਪੁੱਠੇ ਪਾਸੇ ਤੁਰ ਪਏ? ਰਾਮ ਰਹੀਮ ਸੀ, ਉਹਨਾਂ ਨੇ ਗੁਰੂ ਸਾਹਿਬ ਦੀ ਪੁਸ਼ਾਕ ਪਾਈ। ਪਰ ਕਾਂਗਰਸ ਦੀ ਕੀ ਮਜਬੂਰੀ ਸੀ ਕਿ 5 ਸਾਲ 'ਚ 17 ਤੋਂ 22 ਤੱਕ, ਇਵਨ ਕਿ 111 ਦਿਨ ਚੰਨੀ ਸਾਹਿਬ ਦੇ ਵੀ ਹੈ, ਉਸ ਦੇ ਦੌਰਾਨ ਕੋਈ ਐਸਾ ਕੰਮ ਨਹੀਂ ਹੋਇਆ ਜੋ ਅੱਜ ਤੁਹਾਡੀ ਡਿਮਾਂਡ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਕਿਉਂ ਨਹੀਂ ਮੁਕੱਦਮਾ ਚਲਾ ਕੇ ਇੱਥੇ ਪੁੱਛਿਆ ਗਿਆ, ਪੰਜਾਬ ਕਿਉਂ ਨਹੀਂ ਲਿਆਂਦਾ ਗਿਆ? ਉਹਦਾ ਹੀ ਕਾਰਨ ਹੋਇਆ ਕਿ ਕਾਂਗਰਸ ਪਾਰਟੀ ਨੇ ਜਾਂ ਸਾਰਿਆਂ ਦੇ ਰੋਸ ਕਰਕੇ MLA ਕਰਕੇ ਕੈਪਟਨ ਸਾਹਿਬ ਨੂੰ ਚੀਫ ਮਿਨਿਸਟਰੀ ਤੋਂ ਬਦਲਿਆ। ਸਾਡੀ ਸਰਕਾਰ ਜਾਣ ਤੋਂ ਬਾਅਦ ਤੁਸੀਂ ਸੁਣਿਆ ਕਿ ਆਪਨੇ ਕਿੱਡੇ ਵਾਅਦੇ ਕੀਤੇ ਸੀ, ਕੁੰਵਰ ਵਿਜੇ ਪ੍ਰਤਾਪ ਨੂੰ ਲੈ ਕੇ ਗਏ ਕਿ ਅਸੀਂ ਜੀ ਸਭ ਕੁਝ ਘੰਟੇ ਦੇ ਅੰਦਰ ਅੰਦਰ ਕਰ ਦਿਆਂਗੇ, ਸਭ ਕੁਝ ਕੰਪਲੀਟ ਪਿਆ। ਆਪ ਅੱਜ ਕਰਲਾ ਰਹੇ ਆ, ਤੁਸੀਂ ਆਪ ਜ਼ਿਕਰ ਕੀਤਾ ਕਿ ਲਗਾਤਾਰ ਪੋਸਟਾਂ ਪਾਉਂਦੇ ਆ, ਸੁਣੀ ਨਹੀਂ ਜਾ ਰਹੀ? ਉਹਦੀ ਨਹੀਂ ਸੁਣੀ ਜਾ ਰਹੀ। ਫਿਰ ਜਸਟਿਸ ਜੋਰਾ ਸਿੰਘ ਜਿਨ੍ਹਾਂ ਨੇ ਇਨਕੁਆਇਰੀ ਕੀਤੀ ਸੀ ਅਕਾਲੀ ਦਲ ਵੇਲੇ, ਉਹਨਾਂ ਨੂੰ ਵੀ ਆਪ ਜੁਆਇਨ ਕਰਾਇਆ ਗਿਆ। ਉਹਦੇ ਪਿੱਛੇ ਜਵਾਬ ਕੀ ਨਜ਼ਰ ਆ ਰਿਹਾ? ਸੌਦੇਬਾਜ਼ੀ। ਮੈਂ ਤਾਂ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਉਹ ਵਿੱਚ ਪੈ ਕੇ ਅਤੇ ਇਹਨਾਂ ਨੂੰ ਸਰਕਾਰ ਨੂੰ, ਮੈਨੂੰ CM ਨੂੰ ਤਲਬ ਕਰਨ। ਕੋਈ ਮੁੱਖ ਮੰਤਰੀ, ਕੋਈ ਪ੍ਰਧਾਨ ਮੰਤਰੀ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਨਹੀਂ ਗਾ। ਕਿਤੇ ਇਹ ਤਾਂ ਨਹੀਂ, ਕਿਤੇ ਮਨ 'ਚ ਡਰ ਤਾਂ ਨਹੀਂ ਰਹਿੰਦਾ ਤੁਹਾਡੇ ਕਾਂਗਰਸੀਆਂ ਬਹੁਤਿਆਂ ਦੇ ਡਰ ਦੇਖਿਆ ਗਿਆ ਕਿ ਕਿਤੇ ਸਵਾਲ ਚੁੱਕਾਂਗੇ ਕੱਲ੍ਹ ਨੂੰ ਸਰਕਾਰ ਸਾਡੇ ਪਿੱਛੇ ਨਾ ਪੈ ਜੇ? ਮੁੱਖ ਮੰਤਰੀ ਮੇਰੇ ਨਾਲ ਜਾਤੀ ਤੌਰ 'ਤੇ ਨਾਰਾਜ਼ ਰਹਿੰਦਾ। ਮੈਂ ਤਾਂ ਉਦੋਂ ਵੀ ਇਹ ਕਿਹਾ ਸੀ ਕਿ ਭਾਈ ਨਾ ਭੱਜਾਂ, ਨਾ ਕਿਤੇ ਜਾਵਾਂ, ਜੋ ਕਰਨਾ ਕਰ ਲਓ। ਮੈਂ ਤਾਂ ਅਫਸਰਾਂ ਨੂੰ ਇਹ ਕਿਹਾ ਸੀ ਕਿ ਮੇਰੇ ਘਰ ਆਉਣ ਦੀ ਲੋੜ ਨਹੀਂ, ਜਿੱਦਣ ਪਰਚਾ ਹੋਊਗਾ ਮੈਂ ਤੁਹਾਡੇ ਦਫ਼ਤਰ ਆਊਂਗਾ। ਵੋਟਾਂ ਦਾ ਸੌਦਾ ਕੌਣ ਕਰਦਾ ਰਿਹਾ ਅਤੇ ਕੌਣ ਕਰ ਰਿਹਾ, ਇਸ 'ਤੇ ਲਗਾਤਾਰ ਚਰਚਾ ਹੋ ਰਹੀ ਹੈ, ਖਾਸ ਕਰਕੇ ਬੇਅਦਬੀ ਮਾਮਲੇ ਤੋਂ ਲੈ ਕੇ ਬਾਅਦ ਵਿੱਚ ਗੋਲੀ ਕਾਂਡ ਤੱਕ ਹੋਏ। ਇਹਨਾਂ ਸਾਰਿਆਂ ਦੇ ਵਿੱਚ ਅਸੀਂ ਗੱਲ ਕਰਾਂਗੇ ਸਾਬਕਾ ਕਾਂਗਰਸੀ ਵਿਧਾਇਕ ਕਿੱਕੀ ਢਿੱਲੋਂ ਸਾਡੇ ਨਾਲ ਨੇ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜ਼ਿਕਰ ਕੀਤਾ ਇਹਨਾਂ ਮਸਲਿਆਂ ਦਾ। ਸਭ ਤੋਂ ਪਹਿਲਾਂ ਜੀ, ਨੌਬਤ ਕਿਵੇਂ ਆਈ ਅਤੇ ਕਿੱਥੇ ਆਈ ਕਿ ਤੁਸੀਂ ਹੁਣ ਕਾਂਗਰਸ ਦੇ ਕੁਝ ਲੀਡਰ ਇਕੱਠੇ ਹੋ ਕੇ ਇਸ ਮੁੱਦੇ ਨੂੰ ਚੁੱਕ ਰਹੇ ਹੋ ਵੀ ਪਹਿਲਾਂ ਬਹੁਤ ਦੇਰੀ ਹੋ ਗਈ ਹੈ ਅਤੇ ਹੁਣ ਇਨਸਾਫ ਮਿਲਣਾ ਚਾਹੀਦਾ? ਦੇਖੋ, ਅਸਲ ਵਿੱਚ ਇਹ ਸਭ ਤੋਂ ਪੰਜਾਬ ਵਾਸਤੇ ਦੁਖਾਂਤ ਅਤੇ ਬਦਕਿਸਮਤੀ ਸੀ ਜੋ ਕੁਛ ਹੋਇਆ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਕੱਲੇ ਸਿੱਖ ਨਹੀਂ ਮੰਨਦੇ, ਸਾਰਾ ਜਗਤ ਮੰਨਦਾ। ਅਤੇ ਮੈਂ ਸਮਝਦਾ ਕਿ ਅਖੀਰ ਵਿੱਚ ਗੁਰੂ ਸਾਹਿਬ ਸਾਨੂੰ ਇਹ ਹਦਾਇਤ ਕਰਕੇ ਗਏ ਹੈ ਕਿ ਗੁਰੂ ਮਾਨਿਓ ਗ੍ਰੰਥ। ਸੋ ਮੈਂ ਸਮਝਦਾ ਕਿ ਜੇ ਅਸੀਂ ਆਪਦੇ ਗੁਰੂ ਸਾਹਿਬ ਦਾ ਇਨਸਾਫ ਨਹੀਂ ਦੇ ਸਕਦੇ ਤਾਂ ਲੱਖ ਲਾਨਤਾਂ ਸਾਡੀ ਸਿਆਸਤ 'ਤੇ, ਲੱਖ ਲਾਨਤਾਂ ਸਾਡੀਆਂ ਕੁਰਸੀਆਂ 'ਤੇ, ਲੱਖ ਲਾਨਤਾਂ ਸਾਡੀਆਂ ਸਰਕਾਰਾਂ 'ਤੇ। ਮੈਂ ਇਹ ਮੇਰਾ ਜਾਤੀ ਵਿਊ ਹੈ। ਸੋ ਚਾਹੇ ਗਲਤੀਆਂ ਬਹੁਤ ਹੋਈਆਂ, ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਤੋਂ ਹੋਈ, ਸ਼੍ਰੋਮਣੀ ਅਕਾਲੀ ਦਲ ਵੋਟਾਂ ਦੇ ਲਾਲਚ ਆ ਕੇ ਇਹ ਸੌਦੇਬਾਜ਼ੀ 'ਚ ਉਹਨਾਂ ਨੇ ਸਭ ਕੁਛ ਕੰਮ ਖਰਾਬ ਕੀਤਾ। ਮੈਂ ਲੰਬੀ ਸੀਕੁਐਂਸ 'ਚ ਨਹੀਂ ਜਾਣਾ ਚਾਹੁੰਦਾ, ਪਰ ਸੌਦੇਬਾਜ਼ੀ ਸ਼ਬਦ ਖੁਦ ਵੀ ਵਰਤਿਆ ਔਰ ਇਸ ਦੀ ਚਰਚਾ ਵੀ ਹੋ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਅਤੇ ਭਾਜਪਾ ਗੱਠਜੋੜ ਨੇ ਜੋ ਕੀਤਾ ਡੇਰੇ ਨਾਲ ਮਿਲ ਕੇ ਕੀਤਾ, ਇੱਕ ਸਮਾਂ ਉਹ ਵੀ ਸੀ, ਤੁਸੀਂ ਵੀ ਨਹੀਂ ਭੁੱਲੇ ਹੋਣੇ, ਕਿ ਕਾਂਗਰਸ ਨੂੰ ਵੀ ਝਾਕ ਸੀ ਡੇਰਾ ਸਿਰਸਾ ਦੀਆਂ ਵੋਟਾਂ ਦੀ। ਬਿਲਕੁਲ, ਮੈਂ ਇਸ ਗੱਲ ਵਿੱਚ 100% ਤੁਹਾਡੇ ਨਾਲ ਸਹਿਮਤ ਹਾਂ। ਮੈਂ ਇਹ ਵੀ ਨਹੀਂ ਤੁਹਾਨੂੰ ਝੂਠ ਮਾਰਦਾ, ਅਸੀਂ ਵੀ ਖੁਦ ਵੋਟਾਂ ਮੰਗਣ ਵਾਸਤੇ ਡੇਰੇ ਜਾਂਦੇ ਰਹੇ, ਇਹ 'ਚ ਕੋਈ ਸ਼ੱਕ ਨਹੀਂ, ਸਾਰੇ ਜਾਂਦੇ ਸੀ। ਅਹਿਸਾਸ ਕਦੋਂ ਹੋਇਆ ਕਿ ਤਾਂ ਮਾੜੀ ਗੱਲ ਹੈ ਜੀ, ਪੁੱਠੇ ਪਾਸੇ ਤੁਰ ਪਏ? ਦੇਖੋ, ਜਦੋਂ ਸ਼ੁਰੂ 'ਚ, ਚਲੋ ਜਦੋਂ ਉਹ 2007 'ਚ ਪਰਚਾ ਹੋਇਆ,
ਉੱਥੇ ਉਹਨਾਂ ਨੇ ਜਿਹੜੇ ਰਾਮ ਰਹੀਮ ਸੀ ਉਹਨਾਂ ਨੇ ਗੁਰੂ ਸਾਹਿਬ ਦੀ ਪੁਸ਼ਾਕ ਪਾਈ ਉਹਨਾਂ 'ਤੇ ਉਸ ਇਲੈਕਸ਼ਨ ਤੋਂ ਪਹਿਲਾਂ ਕਾਂਗਰਸ ਦੀ ਮਦਦ ਕੀਤੀ ਗਈ ਸੀ ਡੇਰਾ ਵੱਲੋਂ ਅਤੇ ਅਕਾਲੀ ਦਲ ਬੁਰੀ ਤਰ੍ਹਾਂ ਹਾਰਿਆ ਸੀਗਾ ਸਾਰਾ ਮਾਲਵਾ। ਉਸ ਤੋਂ ਬਾਅਦ ਇਹ ਗੱਲ ਹੋਈ ਉਹਨਾਂ ਨੇ ਪੁਸ਼ਾਕ ਪਾਈ ਰਾਮ ਰਹੀਮ ਨੇ ਉਹਨਾਂ 'ਤੇ ਕੇਸ ਰਜਿਸਟਰ ਹੋਇਆ ਰਾਮ ਰਹੀਮ 'ਤੇ ਅਤੇ ਉਹਦੇ ਵਿੱਚ ਉਸ ਤੋਂ ਬਾਅਦ ਫਿਰ ਸੌਦੇਬਾਜ਼ੀ ਸ਼ੁਰੂ ਹੋ ਗਈ। ਉਹਨਾਂ ਨੇ ਕਿਹਾ ਕਿ ਚੰਗਾ ਸਾਨੂੰ ਨਾ ਖਰਾਬ ਕਰੋ ਅਕਾਲੀ ਦਲ ਨੂੰ ਕਿਉਂਕਿ ਸਰਕਾਰ ਅਕਾਲੀ ਦਲ ਦੀ ਸੀ ਅਤੇ ਅਸੀਂ ਗਾਂ ਨੂੰ ਤੁਹਾਡੇ ਨਾਲ ਜੁੜ ਜਾਵਾਂਗੇ। ਉਹਦਾ ਇਸੇ ਸ਼ਰਤ 'ਚ ਉਹਦਾ ਕੇਸ ਵਾਪਸ ਕਰਾਇਆ ਗਿਆ। ਉਹਦਾ 2012 'ਚ ਫਾਇਦਾ ਲਿਆ ਗਿਆ। ਉਹਨਾਂ ਨੇ ਦੱਬ ਕੇ ਓਪਨਲੀ ਵੋਟਾਂ ਮਤਲਬ ਐਲਾਨ ਕੀਤਾ ਅਕਾਲੀ ਦਲ ਦੇ ਫਾਇਦੇ। ਉਹਨਾਂ ਦਾ ਫਿਰ ਇੰਨਾ ਝਾਕਾ ਖੁੱਲ੍ਹ ਗਿਆ ਉਹ ਫਿਰ ਕਹਿਣ ਲੱਗ ਪਏ ਕਿ ਸਾਨੂੰ ਹੁਣ ਅਕਾਲ ਤਖਤ ਸਾਹਿਬ ਤੋਂ ਵੀ ਮਾਫ਼ੀ ਦਵਾਓ। ਉਹਦੇ 'ਚ ਵੀ ਅਕਾਲੀ ਦਲ ਨੇ ਬਹੁਤ ਵੱਡੀ ਗਲਤੀ ਕੀਤੀ ਜਿਹੜੀ ਉਹ ਮਾਫ਼ੀਨਾਮਾ ਮੈਂ ਡਿਟੇਲ 'ਚ ਨਹੀਂ ਜਾਣਾ ਤੁਹਾਨੂੰ ਸਭ ਨੂੰ ਪਤਾ। ਫਿਰ ਸ਼੍ਰੋਮਣੀ ਅਕਾਲੀ ਦਲ ਨੇ ਨਾ ਸ਼੍ਰੋਮਣੀ ਕਮੇਟੀ ਨੇ ਕਿਵੇਂ ਜਿਹੜੇ ਇਸ਼ਤਿਹਾਰ ਦਿੱਤੇ ਉਹਨਾਂ ਦੇ ਵੀ ਪੈਸੇ ਸ਼੍ਰੋਮਣੀ ਕਮੇਟੀ ਨੇ ਜਿਹੜੇ ਗੁਰੂ ਦੀ ਗੋਲਕ 'ਚੋਂ ਉਹ ਲਾਏ ਗਏ। ਸੋ ਉਹ ਬਹੁਤ ਵੱਡੀਆਂ ਗਲਤੀਆਂ ਸੀਗੀਆਂ ਪਰ ਉਹਨਾਂ ਦਾ ਦਿਲ ਇੰਨਾ ਖੁੱਲ੍ਹ ਗਿਆ ਕਿ ਉਸ ਤੋਂ ਬਾਅਦ ਬੇਅਦਬੀ ਹੋ ਗਈ ਗੁਰੂ ਸਾਹਿਬ ਦੀ ਬੇਅਦਬੀ ਹੋ ਗਈ ਉਹਨਾਂ ਨੂੰ ਨਾਰਾਜ਼ਗੀ ਹੋ ਗਈ ਬੇਅਦਬੀ ਹੋ ਗਈ। ਜਦੋਂ ਬੇਅਦਬੀ ਹੋ ਗਈ ਉਸ ਤੋਂ ਬਾਅਦ ਫਿਰ ਤੋਂ ਇਹ ਗੱਲ ਆਈ ਕਿ ਇਸ ਗੱਲ ਨੂੰ ਕਿਵੇਂ ਨਾ ਕਿਵੇਂ ਲੰਬਾ ਪਾਈਏ ਲਮਕਾਈਏ ਇਹਨੂੰ ਉਲਝਾਈਏ ਤਾਂ ਕਿ ਅਸੀਂ ਉਹਨਾਂ ਨੂੰ ਵਰਤ ਸਕੀਏ। ਅਕਾਲੀ ਦਲ ਨੂੰ ਤਾਂ ਇਹ ਚਲੋ ਹੋ ਸਕਦਾ ਲਾਲਚ ਕਿ ਉਹਨਾਂ ਦੇ ਰਾਜ ਵਿੱਚ ਹੋਇਆ ਸਭ ਕੁਛ ਉਹਨਾਂ ਨੂੰ ਪੁੱਠਾ ਪੈ ਰਿਹਾ ਸੀ ਪਰ ਕਾਂਗਰਸ ਦੀ ਕੀ ਮਜਬੂਰੀ ਸੀ ਕਿ 5 ਸਾਲ 'ਚ 17 ਤੋਂ 22 ਤੱਕ ਇਵਨ ਕਿ 111 ਦਿਨ ਚੰਨੀ ਸਾਹਿਬ ਦੇ ਵੀ ਹੈ ਉਸ ਦੇ ਦੌਰਾਨ ਕੋਈ ਐਸਾ ਕੰਮ ਨਹੀਂ ਹੋਇਆ ਜੋ ਅੱਜ ਤੁਹਾਡੀ ਡਿਮਾਂਡ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਕਿਉਂ ਨਹੀਂ ਮੁਕੱਦਮਾ ਚਲਾ ਕੇ ਇੱਥੇ ਪੁੱਛਿਆ ਗਿਆ ਪੰਜਾਬ ਕਿਉਂ ਨਹੀਂ ਲਿਆਂਦਾ ਗਿਆ। ਮੈਂ ਸਮਝਦਾ ਹਾਂ ਕਿ ਅਕਾਲੀ ਦਲ ਨੇ ਤਾਂ ਸਭ ਕੁਝ ਖਰਾਬ ਕੀਤਾ। ਸਾਡੀ ਸਰਕਾਰ ਆ ਗਈ ਸਾਡੀ ਸਰਕਾਰ ਵਿੱਚ ਨਵੀਂ ਸਿੱਟ ਬਣੀ ਸਭ ਕੁਝ ਹੋਇਆ ਅਤੇ ਮੈਂ ਸਮਝਦਾ ਹਾਂ ਕਿ ਕਿਤੇ ਨਾ ਕਿਤੇ ਜੋ ਸਾਨੂੰ ਅਚੀਵ ਕਰਨਾ ਚਾਹੀਦਾ ਸੀ ਜਾਂ ਇਹ ਸਾਨੂੰ ਆਪਦੇ ਵੇਲੇ 'ਚ ਕੰਮ ਸਿਰੇ ਲਾਉਣਾ ਚਾਹੀਦਾ ਸੀ ਇਹ ਸਿਰੇ ਨਹੀਂ ਲੱਗਿਆ। ਗੋ ਸਲੋ ਰਿਹਾ ਹੌਲੀ ਕੰਮ ਸਲੋ ਕੀਤਾ ਗਿਆ ਪਰ ਇਨਵੈਸਟੀਗੇਸ਼ਨ ਚੱਲਦੀ ਰਹੀ। ਮੈਕਸੀਮਮ ਜਿਹੜੀ ਇਨਵੈਸਟੀਗੇਸ਼ਨ ਹੈ ਉਸ ਲੈਵਲ 'ਚ ਕੰਪਲੀਟ ਹੋਈ। ਕੁੰਵਰ ਵਿਜੇ ਪ੍ਰਤਾਪ ਵੀ ਉਦੋਂ ਹੀ ਰਿਹਾ ਹੈੱਡ ਸਾਡੀ ਸਰਕਾਰ ਵੇਲੇ। ਪਰ ਜਿਹੜਾ ਸਾਨੂੰ ਅਖੀਰ 'ਚ ਆ ਕੇ ਕਾਰਜ ਕਰਨਾ ਚਾਹੀਦਾ ਸੀ ਉੱਥੇ ਕਿਤੇ ਨਾ ਕਿਤੇ ਸਾਡੀ ਸਰਕਾਰ ਢਿੱਲੀ ਰਹਿ ਗਈ ਮੈਂ ਮੰਨਦਾ। ਉਹਦਾ ਹੀ ਕਾਰਨ ਹੋਇਆ ਕਿ ਕਾਂਗਰਸ ਪਾਰਟੀ ਨੇ ਜਾਂ ਸਾਰਿਆਂ ਦੇ ਰੋਸ ਕਰਕੇ MLA ਕਰਕੇ ਕੈਪਟਨ ਸਾਹਿਬ ਨੂੰ ਚੀਫ ਮਿਨਿਸਟਰੀ ਤੋਂ ਬਦਲਿਆ। ਚੰਨੀ ਸਾਹਿਬ ਆ ਗਏ ਨਵੇਂ ਸਿਰੋਂ ਸਿੱਟ ਬਣੀ। ਫਿਰ ਤੁਹਾਨੂੰ ਯਾਦ ਹੋਣਾ ਕਿ ਚੰਨੀ ਸਾਹਿਬ ਵੇਲੇ ਫਿਰ ਉਹ ਸਿੱਟ ਗਈ ਉੱਥੇ ਰਾਮ ਰਹੀਮ ਨੂੰ ਪੁੱਛਗਿੱਛ ਕਰਨ ਵਾਸਤੇ ਕਿਉਂਕਿ ਉਹਨੂੰ ਪਰਮਿਸ਼ਨ ਨਹੀਂ ਦਿੱਤੀ ਗਈ ਸੀ ਇੱਥੇ ਲੈ ਕੇ ਆਉਣ ਵਾਸਤੇ। ਉਸ ਤੋਂ ਬਾਅਦ ਉਸੇ ਸਿੱਟ ਨੇ ਇਹਨੂੰ ਨਾਮਜ਼ਦ ਕੀਤਾ ਕਿ ਵਾਕਈ ਇਹਦੇ ਤਾਂ ਕਸੂਰ ਹੈ। ਸਾਰੀਆਂ ਗੱਲਾਂ ਮੂੰਹ ਮੂੰਹ ਹੋਈਆਂ ਸਭ ਕਲੈਰਿਟੀ ਆਈ ਇਹਨੂੰ ਨਾਮਜ਼ਦ ਕੀਤਾ ਗਿਆ। ਉਸ ਤੋਂ ਬਾਅਦ ਸਾਡੀ ਸਰਕਾਰ ਚਲੀ ਗਈ। ਸਾਡੀ ਸਰਕਾਰ ਜਾਣ ਤੋਂ ਬਾਅਦ ਤੁਸੀਂ ਸੁਣਿਆ ਕਿ ਆਪਨੇ ਕਿੱਡੇ ਵਾਅਦੇ ਕੀਤੇ ਸੀ। ਕੁੰਵਰ ਵਿਜੇ ਪ੍ਰਤਾਪ ਨੂੰ ਲੈ ਕੇ ਗਏ ਕਿ ਅਸੀਂ ਜੀ ਸਭ ਕੁਝ ਘੰਟੇ ਦੇ ਅੰਦਰ ਅੰਦਰ ਕਰ ਦਿਆਂਗੇ ਸਭ ਕੁਝ ਕੰਪਲੀਟ ਪਿਆ। ਆਪ ਅੱਜ ਕਰਲਾ ਰਹੇ ਆ ਤੁਸੀਂ ਆਪ ਜ਼ਿਕਰ ਕੀਤਾ ਕਿ ਲਗਾਤਾਰ ਪੋਸਟਾਂ ਪਾਉਂਦੇ ਆ ਸੁਣੀ ਨਹੀਂ ਜਾ ਰਹੀ ਉਹਦੀ ਨਹੀਂ ਸੁਣੀ ਜਾ ਰਹੀ। ਫਿਰ ਜਸਟਿਸ ਜੋਰਾ ਸਿੰਘ ਜਿਨ੍ਹਾਂ ਨੇ ਇਨਕੁਆਇਰੀ ਕੀਤੀ ਸੀ ਅਕਾਲੀ ਦਲ ਵੇਲੇ ਉਹਨਾਂ ਨੂੰ ਵੀ ਆਪ ਜੁਆਇਨ ਕਰਾਇਆ ਗਿਆ ਉਹ ਵੀ ਕੱਲ੍ਹ ਟਵੀਟ ਕਰ ਰਹੇ ਸੀ। ਸੋ 2 ਸਾਲ ਅਸੀਂ ਬੋਲੇ ਨਹੀਂ ਕਿ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸ਼ਾਇਦ ਪੂਰੇ ਕਰਨਗੇ ਪਰ 2 ਸਾਲ ਹੋ ਗਏ ਅੱਜ ਸਾਰੇ ਕੇਸ ਕੰਪਲੀਟ ਹੈ। ਉਹਨਾਂ ਸਿੱਟਾਂ ਨੇ ਕੀਤੇ ਜਿਹੜੇ ਚੰਨੀ ਸਾਹਿਬ ਨੇ ਬਣਾਈਆਂ ਸੀ ਪਰ ਉਹਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਹੀ ਨਹੀਂ ਦਿੱਤੀ ਜਾ ਰਹੀ ਸਰਕਾਰ ਵੱਲੋਂ।
ਕਿਉਂ ਨਹੀਂ ਦਿੱਤੀ ਜਾ ਰਹੀ? ਇਹ ਵੱਡਾ ਕੁਐਸਚਨ ਹੈ। ਤੁਹਾਨੂੰ ਕਿਉਂ ਦੇ ਪਿੱਛੇ ਜਵਾਬ ਕੀ ਨਜ਼ਰ ਆ ਰਿਹਾ? ਸੌਦੇਬਾਜ਼ੀ। ਪਰ ਅੱਜ ਗੱਲ ਅਸੀਂ ਕਿਉਂ ਆਏ? ਦੇਖੋ, ਬੜੀਆਂ ਗੱਲਾਂ ਜਿਹੜੀਆਂ ਸਾਨੂੰ ਸਿਆਸਤ ਉੱਪਰ ਰੱਖਣੀਆਂ ਚਾਹੀਦੀਆਂ, ਹਰੇਕ ਗੱਲ ਸਿਆਸਤ ਨਹੀਂ ਕਰਨੀ ਚਾਹੀਦੀ। ਇਹ ਹਰੇਕ ਦੇ ਦਿਲਾਂ ਨਾਲ, ਹਰੇਕ ਦੀ ਮਾਨਸਿਕਤਾ ਨਾਲ ਇਹ ਜਿਹੜਾ ਇਸ਼ੂ ਹੈ ਬੱਝਿਆ ਹੋਇਆ। ਕਿਤੇ ਤਾਂ ਉਹ ਜਿਵੇਂ ਇੱਕ ਪੁਰਾਣੀ ਪੰਜਾਬੀ ਦੀ ਕਹਾਵਤ ਹੈ, ਇੱਕ ਘਰ ਦਾ ਡੈਨ ਵੀ ਛੱਡ ਦਿੰਦੀ। ਮੈਂ ਸਮਝਦਾ ਕਿ ਕੋਈ ਵੀ ਸਿਆਸੀ ਬੰਦਾ ਕਿਸੇ ਵੀ ਪਾਰਟੀ 'ਚ, ਮੈਂ ਇਹਦੇ ਉੱਤੇ ਸਿਆਸਤ ਨਹੀਂ ਕਰਨਾ ਚਾਹੁੰਦਾ, ਸਾਨੂੰ ਇਸ ਕੇਸ ਨੂੰ ਪੋਲੀਟਿਕਸ ਤੋਂ ਉੱਪਰ ਰੱਖਣਾ ਚਾਹੀਦਾ। ਸਾਨੂੰ ਇਹਦੇ ਵਿੱਚ ਐਗਜ਼ੈਂਪਲਰੀ ਇੱਕ ਜਿਹੜੇ ਦੋਸ਼ੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਤਾਂ ਕਿ ਲੋਕਾਂ ਵਿੱਚ ਵਿਸ਼ਵਾਸ ਬਜੇ। ਵਿਸ਼ਵਾਸ ਬਜਦਾ ਬਜਦਿਆਂ ਟਾਈਮ ਪਤਾ ਨਹੀਂ ਹੋਰ ਕਿੰਨਾ ਲੱਗਣਾ, ਕੱਲ੍ਹ ਨੂੰ ਕਿਤੇ ਇਹਨਾਂ ਸਵਾਲ ਉੱਠਣ ਲੱਗ ਜਾਣ। ਇਹ ਕਾਂਗਰਸ ਆਪੋਜੀਸ਼ਨ ਦੇ ਵਿੱਚ ਤਾਂ ਬੜਾ ਰੌਲਾ ਪਾਉਂਦੀ ਸੀ, ਫਿਰ ਸੱਤਾ ਦਾ ਮੌਕਾ ਮਿਲ ਗਿਆ, ਇਹ ਨਾ ਕਹਿ ਦਿਓ ਕੱਲ੍ਹ ਨੂੰ ਕਿ ਹੁਣ ਕਾਨੂੰਨ ਦੇ ਵਿੱਚ ਦੇਰੀ ਬਹੁਤ ਹੋ ਗਈ, ਹੁਣ ਕੁਝ ਕਰ ਨਹੀਂ ਸਕਦੇ। ਦੇਖੋ, ਮੈਂ ਇੱਕ ਗੱਲ ਗੱਲ ਜਾਣਦਾ ਕਿ ਅੱਜ ਸਾਰੇ ਕੇਸ ਕੰਪਲੀਟ ਹੋਏ ਪਏ। ਦੋ ਕਮਜ਼ੋਰੀਆਂ ਇਹ ਸਰਕਾਰ ਦਿਖਾਈਆਂ। ਪਹਿਲਾਂ ਤਾਂ ਇਹ ਹੈ ਕਿ ਜਿਹੜੇ ਕੇਸ ਟ੍ਰਾਂਸਫਰ ਹੋ ਕੇ ਫਰੀਦਕੋਟ ਤੋਂ ਉਹ ਕੇਸ ਚੰਡੀਗੜ੍ਹ ਆਏ, ਉਹਦੇ ਵਿੱਚ ਸਰਕਾਰ ਨੇ ਅਪੀਲ ਹੀ ਨਹੀਂ ਕੀਤੀ। ਇਹ ਮੈਂ ਸਰਕਾਰ ਨੂੰ ਸਵਾਲ ਕਰਨਾ ਚਾਹੁੰਦਾ, ਕਿਉਂ? ਉਹਦੇ ਵਿੱਚ ਕੀ ਰਾਜ਼? ਕੀ ਤੁਸੀਂ ਰਲੇ ਹੋਏ ਸੀ ਇਸ ਗੱਲ ਵਿੱਚ? ਦੂਜੀ ਗੱਲ, 2 ਸਾਲਾਂ ਤੋਂ ਫਾਈਲਾਂ ਇਹਨਾਂ ਦੀਆਂ ਦਫ਼ਤਰਾਂ 'ਚ ਪਈਆਂ, ਪ੍ਰੋਸੀਕਿਊਸ਼ਨ ਸੈਂਕਸ਼ਨ ਵਾਸਤੇ ਕਿਉਂ ਨਹੀਂ ਦਿੱਤੀ ਗਈ? ਜੇ ਤਾਂ ਅਜੇ ਇਨਕੁਆਇਰੀ ਵਿੱਚ ਵਿਚਾਲੇ ਹੋਵੇ, ਆਪਾਂ ਮੰਨ ਲਈਏ, ਜਦੋਂ ਸਭ ਕੁਝ ਕੰਪਲੀਟ ਹੋ ਕੇ, ਸਭ ਦੋਸ਼ੀ ਤੈਅ ਹੋ ਕੇ ਸਾਹਮਣੇ ਪਈ ਹੈ, ਤਾਂ ਪ੍ਰੋਸੀਕਿਊਸ਼ਨ ਸੈਂਕਸ਼ਨ ਕਿਉਂ ਨਹੀਂ ਮਿਲੀ? ਸੋ ਇਹ ਮੇਰੀ ਤਾਂ ਇਹ ਬੇਨਤੀ ਹੈ, ਮੈਂ ਇਸ ਤੋਂ ਅੱਗੇ ਵੀ ਬੇਨਤੀ ਕਰਨਾ ਚਾਹੁੰਦਾ ਕਿ ਨਾ ਸੁਣਨ ਸਾਡੀ, ਨਾ ਸੁਣਨ ਕੁੰਵਰ ਵਿਜੇ ਪ੍ਰਤਾਪ ਦੀ, ਨਾ ਸੁਣਨ ਜਸਟਿਸ ਜੋਰਾ ਸਿੰਘ ਦੀ। ਮੈਂ ਤਾਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਉਹ ਸਿੱਟ ਦੇ ਸਾਰੇ ਮੈਂਬਰ ਸੀਗੇ ਖਟੜਾ ਸਾਹਿਬ ਅਤੇ ਉਹਨਾਂ ਦੇ ਸਾਰੇ ਸਾਥੀ, ਉਹ ਗਏ ਸੀ ਜਥੇਦਾਰ ਜੀ ਨੂੰ ਸਾਰੀ ਗੱਲ ਦੱਸ ਕੇ ਆਏ ਆ ਕਿ ਜਥੇਦਾਰ ਜੀ ਦਾ ਇਹ ਫਰਜ਼ ਬਣਦਾ ਕਿ ਉਹ ਵਿੱਚ ਪੈ ਕੇ ਅਤੇ ਇਹਨਾਂ ਨੂੰ ਸਰਕਾਰ ਨੂੰ, ਮੈਨੂੰ CM ਨੂੰ ਤਲਬ ਕਰਨ। ਕੋਈ ਮੁੱਖ ਮੰਤਰੀ, ਕੋਈ ਪ੍ਰਧਾਨ ਮੰਤਰੀ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਨਹੀਂ ਗਾ, ਇਸ ਕਰਕੇ ਉਹਨੂੰ ਤਲਬ ਕਰਨ, ਉਹਨੂੰ ਪੁੱਛਣ ਕਿ ਭਾਈ ਦੱਸ ਕੀ ਰੌਲਾ। ਤੁਸੀਂ ਜੈਨੂਅਨ ਸਵਾਲ ਅੱਜ ਚੁੱਕ ਰਹੇ ਹੋ। ਅੱਜ ਦੀ ਘੜੀ ਵਿੱਚ ਪੰਜਾਬ ਦੇ ਲੋਕ ਬੜਾ ਸਲਾਹੁਣਗੇ ਕਿ ਕਿੱਕੀ ਢਿੱਲੋਂ ਹੋਰਾਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਬੜਾ ਚੰਗਾ ਕੰਮ ਕੀਤਾ, ਸਵਾਲ ਹੋਣਾ ਚਾਹੀਦਾ। ਕਿਤੇ ਇਹ ਤਾਂ ਨਹੀਂ, ਕਿਤੇ ਮਨ 'ਚ ਡਰ ਤਾਂ ਨਹੀਂ ਰਹਿੰਦਾ ਤੁਹਾਡੇ ਕਾਂਗਰਸੀਆਂ ਬਹੁਤਿਆਂ ਦੇ ਡਰ ਦੇਖਿਆ ਗਿਆ ਕਿ ਕਿਤੇ ਸਵਾਲ ਚੁੱਕਾਂਗੇ ਕੱਲ੍ਹ ਨੂੰ ਸਰਕਾਰ ਸਾਡੇ ਪਿੱਛੇ ਨਾ ਪੈ ਜੇ? ਦੇਖੋ ਭਾਈ ਸਾਹਿਬ, ਗੱਲ ਇਹ ਹੈ ਕਿ ਸਾਰੀ ਦੁਨੀਆ ਨੂੰ ਪਤਾ ਕਿ ਮੁੱਖ ਮੰਤਰੀ ਮੇਰੇ ਨਾਲ ਜਾਤੀ ਤੌਰ 'ਤੇ ਨਾਰਾਜ਼ ਰਹਿੰਦਾ, ਠੀਕ ਹੈ? ਅਤੇ ਮੈਂ ਤਾਂ ਉਦੋਂ ਵੀ ਇਹ ਕਿਹਾ ਸੀ ਕਿ ਭਾਈ ਨਾ ਭੱਜਾਂ, ਨਾ ਕਿਤੇ ਜਾਵਾਂ, ਜੋ ਕਰਨਾ ਕਰ ਲਓ, ਠੀਕ ਹੈ? ਮੈਂ ਤਾਂ ਅਫਸਰਾਂ ਨੂੰ ਵੀ ਕਿਹਾ ਸੀ ਕਿ ਮੇਰੇ ਘਰ ਆਉਣ ਦੀ ਲੋੜ ਨਹੀਂ, ਜਿੱਦਣ ਪਰਚਾ ਹੋਊਗਾ ਮੈਂ ਤੁਹਾਡੇ ਦਫ਼ਤਰ ਆਊਂਗਾ। ਅਤੇ ਮੈਂ ਉਵੇਂ ਹੀ ਜਿੱਦਣ ਪਰਚਾ ਹੋਇਆ ਮੈਂ ਚੱਲ ਕੇ ਫਰੀਦਕੋਟ ਫਿਰੋਜ਼ਪੁਰ SSP ਦੇ ਦਫ਼ਤਰ ਗਿਆ, ਕਿਹਾ ਵੀ ਅਰੈਸਟ ਪਾ ਲਓ ਮੇਰੀ, ਠੀਕ ਹੈ? ਸੋ ਡਰੇ ਤੋਂ ਕੁਛ ਨਹੀਂ ਹੁੰਦਾ। ਦੂਜੀ ਬੇਨਤੀ ਮੇਰੀ ਇਹ ਹੈ ਕਿ ਨਾ ਅਸੀਂ ਮਿੰਤ ਕੱਢਣ ਵਾਲਿਆਂ 'ਚੋਂ, ਜੇ ਤੁਸੀਂ ਇਹ ਸੋਚਦੇ ਹੋ ਕਿ ਸਰਕਾਰ ਤੋਂ ਡਰਦੇ ਕਿ ਸਰਕਾਰ ਦੀ ਮਿੰਤ ਕੱਢਾਂਗੇ, ਨਹੀਂ। ਅਤੇ ਖਾਸ ਕਰਕੇ ਮੈਂ ਇਸ 'ਚ ਮੈਂ ਸਿਆਸਤ ਨਹੀਂ ਕਰਨਾ ਚਾਹੁੰਦਾ, ਮੇਰਾ ਕੈਪਟਨ ਅਮਰਿੰਦਰ ਸਿੰਘ ਨਾਲ ਬਹੁਤ ਪਿਆਰ ਸੀ, ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਅਤੇ ਕਰਦਾ ਸੀਗਾ। ਪਰ ਇਸ ਇਸ਼ੂ 'ਤੇ ਹਮੇਸ਼ਾ ਮੈਂ ਕੈਪਟਨ ਸਾਹਿਬ ਨੂੰ ਕਹਿੰਦਾ ਰਿਹਾ ਕਿ ਇਹ ਗਲਤ ਹੈ, ਆਪਾਂ ਦਾ ਫਰਜ਼ ਹੈ, ਪਰਮਾਤਮਾ ਨੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਹੈ, ਇਹਨੂੰ ਸਿਰੇ ਲਾਓ। ਜਦੋਂ ਤੁਸੀਂ ਇੰਨੇ ਕਰੀਬੀ ਸੀ, ਤੁਸੀਂ ਕਿਹਾ ਹਮੇਸ਼ਾ ਮੈਂ ਇਸ ਗੱਲ ਦੀ ਵਕਾਲਤ ਕੀਤੀ ਹੈ, ਕੈਪਟਨ ਅਮਰਿੰਦਰ ਸਿੰਘ ਦਾ ਸਟੀਕ ਜਵਾਬ ਕੀ ਹੁੰਦਾ ਸੀ, ਸ਼ਬਦ ਕੀ ਹੁੰਦੇ ਸੀ?
ਕੈਪਟਨ ਅਮਰਿੰਦਰ ਸਿੰਘ ਤਾਂ ਹਮੇਸ਼ਾ ਕਹਿੰਦੇ ਸੀ ਕਰਾਂਗੇ, ਪਰ ਅਸੀਂ ਦੇਖ ਰਹੇ ਸੀ ਕਿ ਕਿਤੇ ਨਾ ਕਿਤੇ ਇਹ ਕੰਮ ਨੂੰ ਥੋੜ੍ਹਾ ਜਿਹਾ ਲਮਕਾਇਆ ਜਾ ਰਿਹਾ। ਠੀਕ ਹੈ, ਇਸੇ ਕਰਕੇ ਸਾਰੇ ਨਾਰਾਜ਼ ਹੋਏ, ਇਸੇ ਕਰਕੇ ਹੀ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਬਦਲਿਆ। ਉਹਨਾਂ ਨੇ ਕਦੇ ਕੰਮ ਨੂੰ ਲਮਕਾਉਣ ਦੀ ਮਜਬੂਰੀ ਨਹੀਂ ਦੱਸੀ, ਤੁਹਾਡੇ ਨਾਲ ਸਾਂਝੀ ਨਹੀਂ ਕੀਤੀ? ਇਹਦੇ ਵਿੱਚ 100 ਮਜਬੂਰੀਆਂ ਹੁੰਦੀਆਂ, ਨਹੀਂ ਉਹਨਾਂ ਨੇ ਕਦੀ ਸਾਂਝੀ ਨਹੀਂ ਕੀਤੀ। ਮੈਂ ਵੀ ਗਲਤ ਗੱਲ ਨਹੀਂ ਕਰਨਾ ਚਾਹੁੰਦਾ, ਪਰ ਮੈਂ ਫਿਰ ਅੱਜ ਕਹਿਣਾ ਚਾਹੁੰਦਾ ਕਿ ਦੇਖੋ, ਸਾਹ ਸੁਖਬੀਰ ਸਿੰਘ ਬਾਦਲ ਨੇ ਇਸ ਇਸ਼ੂ ਨਾਲ ਪੋਲੀਟੀਕਲੀ ਖੇਡਣ ਦੀ ਕੋਸ਼ਿਸ਼ ਕੀਤੀ, ਅੱਜ ਦੇਖ ਲਓ ਪੋਲੀਟੀਕਲੀ ਉਹ ਕਿੱਥੇ ਬੈਠੇ। ਕੈਪਟਨ ਸਾਹਿਬ ਨੇ, ਮੈਂ ਇਹ ਨਹੀਂ ਕਹੂੰਗਾ ਉਹਨਾਂ ਨੇ ਪੋਲੀਟੀਕਲੀ ਖੇਡਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਥੋੜ੍ਹਾ ਜਿਹਾ ਇਸ ਕੰਮ ਨੂੰ ਸਲੋ ਕਰਨ ਦੀ ਕੋਸ਼ਿਸ਼ ਕੀਤੀ, ਅੱਜ ਦੇਖ ਲਓ। ਇਹ ਪਰਮਾਤਮਾ ਸਭ ਤੋਂ ਉੱਤੇ ਹੈ। ਠੀਕ ਹੈ, ਗੁਰੂ ਮਹਾਰਾਜ, ਮੈਂ ਤਾਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਗੱਲਾਂ ਨੂੰ ਸਿਆਸਤ ਤੋਂ ਉੱਪਰ ਲੈ ਕੇ ਜਾਈਏ, ਲੋਕਾਂ ਦੇ ਦਿਲਾਂ ਨੂੰ ਠੰਡ ਪਾਈਏ। ਸਾਰੇ ਮਾੜੇ ਨਹੀਂ, ਜਿੰਨੇ ਪ੍ਰੇਮੀ ਆ ਵਿਚਾਰੇ ਕੋਈ ਮਾੜੇ ਨਹੀਂ, ਪਰ ਜਿਹੜੇ ਬੰਦਿਆਂ ਨੇ, ਚੰਦ ਬੰਦਿਆਂ ਨੇ ਐਡਾ ਵੱਡਾ ਮੈਂ ਸਮਝਦਾ ਦੁਖਾਂਤ ਕੀਤਾ, ਉਹਨਾਂ ਨੂੰ ਉਹਨਾਂ ਦੀ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ। ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ, ਅਬਵ ਪੋਲੀਟੀਕਲ ਪਾਰਟੀਜ਼ ਅਤੇ ਅਬਵ ਪੋਲੀਟੀਕਲ ਲਾਈਨ। ਕੁਛ ਕੇਸ ਪੰਜਾਬ ਵਾਸਤੇ, ਪੰਜਾਬੀਅਤ ਵਾਸਤੇ, ਧਰਮ ਵਾਸਤੇ ਸਾਨੂੰ ਉੱਪਰ ਹੋ ਕੇ ਸੋਚਣਾ ਚਾਹੀਦਾ। ਸੋ ਸਾਡੀ ਤਾਂ ਇੰਨੀ ਬੇਨਤੀ ਹੈ, ਫਿਰ ਤੋਂ ਮੈਂ CM ਸਾਹਿਬ ਨੂੰ ਜਿੱਥੇ ਅਸੀਂ ਬੇਨਤੀ ਕਰਦੇ ਹਾਂ, ਉੱਥੇ ਅਸੀਂ ਆਪਣੇ ਨੂੰ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹਨੂੰ ਸੁਲਝਾਉਣਾ ਚਾਹੀਦਾ। ਬੜੀਆਂ ਹੈਰਾਨੀ ਦੀਆਂ ਗੱਲਾਂ ਕਿ ਆਪਾਂ ਉਹਨਾਂ ਗੱਲਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰੀਏ, ਕਦੀ ਇਹ ਗੱਲਾਂ ਵੀ ਲੁਕੀਆਂ ਰਹਿੰਦੀਆਂ। ਮੈਂ ਭਗਵਾਨ ਜੀ ਨੂੰ ਕਹਿਣਾ ਚਾਹੁੰਦਾ ਕਿ ਪਿੱਛੇ ਨਿਗਾਹ ਮਾਰੋ। ਸਾਹ ਸੁਖਬੀਰ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਕਿ 25 ਸਾਲ ਰਾਜ ਕਰਨਾ, ਪਰ ਕਦੀ ਵੀ ਗੁਰੂ ਘਰ ਨਾਲ ਕਿਸੇ ਨੇ ਮੱਥਾ ਲਾ ਕੇ ਰਾਜ ਨਹੀਂ ਕੀਤਾ। ਹਿਸਟਰੀ ਦੇਖ ਲਓ, ਉਸ ਤੋਂ ਵੀ ਪੁਰਾਣੀ ਹਿਸਟਰੀ ਕੱਢ ਲਓ, ਪੂਰੀ ਨਹੀਂ, ਪਰ ਜੇ ਕਿਤੇ ਮਾੜੀ ਮੋਟੀ ਕੈਪਟਨ ਸਾਹਿਬ ਤੋਂ ਜਾਣੇ ਜਾਂ ਅਣਜਾਣੇ 'ਚ ਗਲਤੀ ਹੋਈ ਜਾਂ ਅਫਸਰਾਂ ਨੇ ਸਲੋਕ ਕਰਾਤਾ, ਉਸ ਗੱਲ ਦਾ ਕੈਪਟਨ ਸਾਹਿਬ ਨੂੰ ਨੁਕਸਾਨ ਹੋਇਆ। ਅਤੇ ਐਡੇ ਵੱਡੇ ਵੱਡੇ ਵਾਅਦੇ ਕਰਕੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਇਹ ਵਾਅਦੇ ਕੀਤੇ ਸੀ ਲੋਕਾਂ ਨਾਲ, ਅਤੇ ਅੱਜ ਸਿਰਫ ਫਾਈਲਾਂ ਸਾਈਨ ਕਰਨ ਤੋਂ ਡਰੀ ਜਾਂਦੇ, ਸੈਂਕਸ਼ਨ ਦੇਣ ਤੋਂ ਡਰੀ ਜਾਂਦੇ, ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ 'ਚ। ਸੋ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਵਕਤ ਨੇ ਕਿਸੇ ਨੂੰ ਨਹੀਂ ਬਖਸ਼ਣਾ। ਸੋ ਇਸ ਕਰਕੇ ਛੱਡੀਏ, ਬਹੁਤ ਸਿਆਸਤ ਦੀਆਂ ਗੱਲਾਂ ਆਪਸ 'ਚ ਕਰ ਲਾਂਗੇ, ਬੜੇ ਹੋ ਜਾਣਗੀਆਂ, ਪਰ ਇਸ ਕੇਸ ਵਿੱਚ ਉੱਪਰ ਉੱਠ ਕੇ ਇਹ ਜੋ ਬਣਦਾ ਫਰਜ਼ ਹੈ ਉਹ ਪੂਰਾ ਕਰਨ। ਅਤੇ ਜਥੇਦਾਰ ਜੀ ਨੂੰ ਵੀ ਬੇਨਤੀ ਹੈ ਕਿ ਜ਼ਰੂਰ ਇਹਦੇ ਵਿੱਚ ਧਿਆਨ ਦੇ ਕੇ ਫਰਜ਼ ਪੂਰਾ ਕਰਾਉਣ। ਬਹੁਤ ਸ਼ੁਕਰੀਆ ਜੀ। ਤਾਂ ਕਿੱਕੀ ਢਿੱਲੋਂ, ਸਾਬਕਾ ਕਾਂਗਰਸੀ ਵਿਧਾਇਕ, ਜਿਨ੍ਹਾਂ ਨੇ ਖੁੱਲ੍ਹ ਕੇ ਗੱਲਬਾਤ ਰੱਖੀ ਹੈ ਕਿ ਉਹ ਕੀ ਸੋਚਦੇ ਆ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਗਾ, ABC ਪੰਜਾਬ, ਚੰਡੀਗੜ੍ਹ।